ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ NRI TV ਤੇ ਮੈਂ ਕਮਲਪ੍ਰੀਤ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ, ਦੇਸ਼ ਵਿਦੇਸ਼ ਵਿੱਚ ਆਪਣਾ ਪੰਜਾਬ NRI TV ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਕਮਲਪ੍ਰੀਤ ਸਾਡੇ ਨਿਊਯਾਰਕ ਦਿਸ ਵੀਕ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਹੁਣ ਵਿਸਥਾਰ ਸਭ ਤੋਂ ਪਹਿਲੀ ਖਬਰ ਲੈਂਦੇ ਹਾਂ। ਦਿੱਲੀ ਦੇ ਤੁਗਲਕਾਬਾਦ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਿਹੜਾ ਟੈਂਪਲ ਢਾਇਆ ਗਿਆ ਉਸ ਨੂੰ ਲੈ ਕੇ ਜਿੱਥੇ ਪਿਛਲੇ ਦਿਨ ਹੀ ਭਾਰਤ ਬੰਦ ਦਾ ਸੱਦੇ ਨੂੰ ਪੂਰਾ ਹੁੰਗਾਰਾ ਮਿਲਿਆ, ਇਸ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਖਾਸੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸ਼੍ਰੀ ਗੁਰੂ ਰਵਿਦਾਸ ਟੈਂਪਲ ਆਫ ਨਿਊਯਾਰਕ ਦੀ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਵੱਲੋਂ ਗੁਰਦੁਆਰਾ ਸਾਹਿਬ ਦੀ ਸਮੂਹ ਸੰਗਤ ਅਤੇ ਬੇਗਮਪੁਰਾ ਕਲਚਰ ਸੋਸਾਇਟੀ ਆਫ ਨਿਊਯਾਰਕ ਦੇ ਸਹਿਯੋਗ ਨਾਲ ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਿਕ ਮੰਦਿਰ ਨੂੰ ਢਾਹੁਣ ਦੇ ਰੋਸ ਵਿੱਚ ਕੌਂਸੂਲੇਟ ਜਰਨਲ ਆਫ ਇੰਡੀਆ ਨਿਊਯਾਰਕ ਈਸਟ 64th Street 5th Avenue ਨਿਊਯਾਰਕ ਦੇ ਸਾਹਮਣੇ ਮਿਤੀ 20 ਅਗਸਤ 2019 ਦਿਨ ਮੰਗਲਵਾਰ ਨੂੰ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਅਤੇ ਮੰਗ ਪੱਤਰ ਵੀ ਦਿੱਤਾ ਜਾਵੇਗਾ। ਸ਼੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਗੁਰੂ ਘਰ ਤੋਂ ਦੁਪਹਿਰ 12 ਵਜੇ ਤੋਂ ਬੱਸਾਂ ਚੱਲਣਗੀਆਂ। ਸੰਗਤਾਂ ਨੂੰ ਇਸ ਰੋਸ ਮੁਜ਼ਾਹਰੇ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਵਰਣਨਯੋਗ ਹੈ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਦਿੱਲੀ ਦੇ ਤੁਗਲਕਾਬਾਦ ਦੇ ਵਿੱਚ ਤੋੜੇ ਜਾਣ ਦੇ ਵਿਰੋਧ 'ਚ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਇਹ ਮਾਮਲਾ ਭਾਕਦਾ ਜਾ ਰਿਹਾ ਹੈ। ਮੰਦਿਰ ਤੋੜੇ ਜਾਣ ਦੇ ਵਿਰੋਧ ਤੇ ਥਾਂ ਥਾਂ ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਬੀਤੇ ਦਿਨੀ ਭਾਰਤ ਵਿੱਚ ਜਿੱਥੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ, ਉੱਥੇ ਹੀ ਨਿਊਯਾਰਕ ਵਿੱਚ ਵੀ ਰਵਿਦਾਸ ਭਾਈਚਾਰੇ ਵੱਲੋਂ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਨਿੰਦਾ ਕੀਤੀ ਗਈ। ਇਸੇ ਘਟਨਾ ਨੂੰ ਲੈ ਕੇ ਸਿੱਖ ਕਲਚਰ ਸੋਸਾਇਟੀ ਦੇ ਸਾਬਕਾ ਪ੍ਰਧਾਨ ਅਤੇ ਨਿਊਯਾਰਕ ਸਿਟੀ ਹਿਊਮਨ ਰਾਈਟ ਕਮਿਸ਼ਨਰ ਗੁਰਦੇਵ ਸਿੰਘ ਕੰਗ ਨੇ ਕਿਹਾ ਕਿ ਮੰਦਿਰ ਕਾਫੀ ਪ੍ਰਾਚੀਨ ਹੈ ਤੇ ਲੰਬੇ ਸਮੇਂ ਤੋਂ ਉੱਥੇ ਮੌਜੂਦ ਹੈ, ਇਸ ਲਈ ਮੰਦਿਰ ਨੂੰ ਤੋੜਿਆ ਜਾਣਾ ਨਿੰਦਣਯੋਗ ਹੈ। ਕੰਗ ਨੇ ਕਿਹਾ ਕਿ ਸਰਕਾਰ ਨੇ ਅਜਿਹੀਆਂ ਕਾਰਵਾਈਆਂ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਇਸੇ ਦੇ ਨਾਲ ਹੀ ਪ੍ਰਧਾਨ ਸਿੱਖ ਕਲਚਰ ਸੋਸਾਇਟੀ ਕੁਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਚਾਹੀਦਾ ਹੈ ਕਿ ਸ਼੍ਰੀ ਰਵਿਦਾਸ ਜੀ ਦਾ ਮੰਦਿਰ ਉਸੇ ਜਗ੍ਹਾ ਤੇ ਦੁਬਾਰਾ ਬਣਾਇਆ ਜਾਵੇ ਤੇ ਸ਼ਰਧਾਲੂਆਂ ਤੋਂ ਮਾਫੀ ਮੰਗੇ। ਸਰਕਾਰ ਦੀ ਇਸ ਕਾਰਵਾਈ ਤੋਂ ਰਵਿਦਾਸ ਭਾਈਚਾਰੇ ਨੂੰ ਬਹੁਤ ਸੱਟ ਵੱਜੀ ਹੈ ਤੇ ਇਸੇ ਦੇ ਨਾਲ ਹੀ ਪ੍ਰਧਾਨ ਗੁਰੂ ਰਵਿਦਾਸ ਸੋਸਾਇਟੀ ਅਸ਼ੋਕ ਮਾਹੀ ਨੇ ਕਿਹਾ ਕਿ ਦਿੱਲੀ 'ਚ ਪ੍ਰਾਚੀਨ ਮੰਦਿਰ ਤੋੜਨ ਨਾਲ ਸ਼ਰਧਾਲੂ ਦੁਖੀ ਅਤੇ ਰੋਸ 'ਚ ਹਨ। ਅਸ਼ੋਕ ਮਾਹੀ ਨੇ ਕਿਹਾ ਕਿ ਦਿੱਲੀ 'ਚ ਤੋੜੇ ਮੰਦਿਰ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਓਨੀ ਘੱਟ ਹੈ। ਨਿਊਯਾਰਕ ਵਿਖੇ ਅੰਮ੍ਰਿਤਸਰ ਅਕਾਲੀ ਦਲ ਦੀ ਇੱਕ ਮੀਟਿੰਗ ਰੱਖੀ ਗਈ ਜਿਸ ਨੂੰ ਭਰਮਾ ਹੁੰਗਾਰਾ ਮਿਲਿਆ। ਤੁਹਾਨੂੰ ਦੱਸ ਦਈਏ ਕਿ ਇਸ ਮੀਟਿੰਗ ਦਾ ਮਕਸਦ ਇਹ ਸੀ, ਹੋਰਨਾਂ ਦੇਸ਼ਾਂ ਦੇ ਵਾਂਗ ਹੁਣ ਅਮਰੀਕਾ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਯੂਨਿਟਸ ਬਣਾਏ ਗਏ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ USA ਵੈਸਟ ਵੱਲੋਂ ਨਿਊਯਾਰਕ ਦੇ ਰਾਇਲ ਇੰਡੀਆ ਪੈਲਸ ਵਿੱਚ 11 ਅਗਸਤ ਦਿਨ ਐਤਵਾਰ ਨੂੰ ਇੱਕ ਵੱਡੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦਾ ਮੁੱਖ ਮਕਸਦ ਹੋਰਨਾਂ ਦੇਸ਼ਾਂ ਵਾਂਗੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਣਾਏ ਗਏ ਯੂਨਿਟਾਂ ਵਾਂਗ ਅਮਰੀਕਾ ਵਿੱਚ ਵੀ ਇੱਕ ਯੂਨਿਟ ਬਣਾਉਣਾ ਸੀ ਅਤੇ ਇਸ ਨੂੰ ਲੈ ਕੇ ਇਹ ਮੀਟਿੰਗ ਰੱਖੀ ਗਈ ਤੇ ਜਿਸ ਦੇ ਵਿੱਚ ਇਹ ਯੂਨਿਟ ਥਾਪਿਆ ਗਿਆ। ਇਹ ਨਰਿੰਦਰ ਸਿੰਘ ਤੇ ਦਲਵਿੰਦਰ ਸਿੰਘ ਦੀ ਅਗਵਾਈ ਹੇਠ 11 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ 8 ਹੋਰ ਮੈਂਬਰ ਵੀ ਸ਼ਾਮਲ ਸਨ। ਇਸ ਕਮੇਟੀ ਨੂੰ ਸਿਮਰਨਜੀਤ ਸਿੰਘ ਮਾਨ ਵੱਲੋਂ ਮਾਨਤਾ ਪ੍ਰਾਪਤ ਹੈ ਜਿਸ ਦੀ ਜਾਣਕਾਰੀ ਮੀਤ ਪ੍ਰਧਾਨ USA ਰੇਸ਼ਮ ਸਿੰਘ ਵੱਲੋਂ ਦਿੱਤੀ ਗਈ। ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਸਿੱਖ ਫਾਰ ਜਸਟਿਸ ਤੋਂ ਅਵਤਾਰ ਸਿੰਘ ਪੰਨੂ ਅਤੇ ਈਸਟ ਕੋਆਰਡੀਨੇਸ਼ਨ ਕਮੇਟੀ ਦੇ ਹਿੰਮਤ ਸਿੰਘ ਨੇ ਵੀ ਸ਼ਿਰਕਤ ਕੀਤੀ ਤੇ ਇਸੇ ਦੇ ਨਾਲ ਹੀ ਸਿੱਖ ਕਲਚਰ ਸੋਸਾਇਟੀ ਦੇ ਸਾਬਕਾ ਪ੍ਰਧਾਨ ਗੁਰਦੇਵ ਸਿੰਘ ਕੰਗ ਵੀ ਇਸ ਮੀਟਿੰਗ 'ਚ ਪੁੱਜੇ ਤੇ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਸਰੂਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇੱਥੇ ਸਿੱਖ ਕਲਚਰ ਸੋਸਾਇਟੀ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਬੋਪਾ ਰਾਏ ਵੀ ਮੌਜੂਦ ਰਹੇ ਤੇ ਹਰਬੰਸ ਸਿੰਘ ਢਿੱਲੋਂ ਵੀ ਇਸ ਮੀਟਿੰਗ 'ਚ ਸ਼ਾਮਲ ਹੋਏ। ਬੀਤੇ ਦਿਨੀ ਨਿਊਯਾਰਕ ਵਿਖੇ ਤੀਆਂ ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ। ਸਾਹਿਬਾ ਐਂਟਰਟੇਨਮੈਂਟ ਅਤੇ ਸਰਦਾਰਨੀ ਪ੍ਰੋਡਕਸ਼ਨ ਵੱਲੋਂ ਤੀਆਂ ਤੀਜ ਦੀਆਂ 2019 ਮੇਲੇ ਦਾ ਆਯੋਜਨ ਕੀਤਾ ਗਿਆ। ਤੀਆਂ ਦੇ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਕਮਲਜੀਤ ਨੀਰੂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਪੁੱਜੀਆਂ ਮਹਿਲਾਵਾਂ ਨੇ ਗਿੱਧਾ, ਕਿੱਕਲੀ, ਡਾਂਸ ਅਤੇ ਪੀਂਘਾਂ ਝੂਲ ਕੇ ਖੂਬ ਮੇਲੇ ਦਾ ਆਨੰਦ ਮਾਣਿਆ। ਪ੍ਰੋਗਰਾਮ ਦੇ ਵਿੱਚ ਵੱਖ ਵੱਖ ਗਿੱਧਾ, ਭੰਗੜਾ, ਮਹਿੰਦੀ ਆਦਿ ਪ੍ਰਤੀਯੋਗਿਤਾਵਾਂ ਵੀ ਕਰਵਾਈਆਂ ਗਈਆਂ ਜਿਸ ਵਿੱਚ ਜੇਤੂਆਂ ਨੂੰ ਸਨਮਾਨ ਕੀਤਾ ਗਿਆ। ਸ਼੍ਰੀਮਤੀ ਦੀਪਿਕਾ ਨੇ ਦੱਸਿਆ ਕਿ ਇਸ ਮੌਕੇ ਮਿਸ ਤੀਜ ਅਤੇ ਮਿਸਿਸ ਤੀਜ ਦੀ ਚੋਣ ਵੀ ਕੀਤੀ ਗਈ। ਸਪੈਸ਼ਲ ਗੈਸਟ ਕਮਲਜੀਤ ਨੀਰੂ ਨੇ ਕਿਹਾ ਕਿ ਸਾਹਿਬ ਐਂਟਰਟੇਨਮੈਂਟ ਅਤੇ ਸਰਦਾਰਨੀ ਪ੍ਰੋਡਕਸ਼ਨ ਵੱਲੋਂ ਆਯੋਜਿਤ ਕੀਤੇ ਗਏ ਤੀਆਂ ਤੀਜ ਦੀਆਂ 2019 ਮੇਲਾ ਕਰਵਾਉਣਾ ਬੇਹੱਦ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ ਅਸੀਂ ਆਪਣੀ ਜੜ੍ਹਾਂ ਨਾਲ ਜੁੜੇ ਰਹਿੰਦੇ ਹਾਂ ਅਤੇ ਪੰਜਾਬੀ ਸੱਭਿਆਚਾਰ ਬਾਰੇ ਹੋਰ ਜਾਣੂ ਹੁੰਦੇ ਹਾਂ।
प्रोग्राम दे मीडिया स्पॉन्सर्स पीटीसी पंजाबी, ग्लोबल पंजाबी, अपना पंजाब, अपना पंजाब एनआरआई टीवी, ईटीसी पंजाबी अते गर्व पंजाब रहे। पंजाबी सभ्याचार नूं अपनी आवाज अते अपनी गायकी दे नाल हुण तक सुरजीत रखण वाले हरभजन मान दा कॉन्सर्ट यॉर्क कॉलेज एंड के न्यूयॉर्क दे यॉर्क कॉलेज विच होण जा रहा है। प्रिया तहरीन हैदर, नताशा शर्मा, प्रिंस अश्विनी, टीजे अते निशा प्रस्तुत करन जा रहे ने दिल अपना पंजाबी लाइव इन कॉन्सर्ट, जिस दे विच अपनी सुरीली आवाज दा जादू बिखेरेंगे हर भजन मन। लाइव इन कॉन्सर्ट मिल्टन गाइबर परफॉर्मिंग आर्ट सेंटर यॉर्क कॉलेज 9495 गाइबर बुलेवर्ड जमेका न्यूयॉर्क 11451 यूएसए विखे 7 सितंबर 2019 शाम दे 7:30 बजे करवाया जाएगा। वधेरी जानकारी दे लई तुसी संपर्क कर सकते हो प्रिया 5163036597, नताशा 8322285492, प्रिंस 5166849000, अश्वनी 5168602767, टीजे 5162447869, टीजे एंड निशी 9179920076 ते। अज साडे न्यूयॉर्क दिस वीक दे विच इन्ना ही, मैं अगले हफ्ते कुछ होर खबरां लैके हाजिर होवांगी। तद तक मैनू दिओ आग्या, सत श्री अकाल। जेकर तुसी साडी ये वीडियो फेसबुक ते देख रहे हो तो साडे फेसबुक पेज नू लाइक करो, इसे दे नाल ही जेकर तुसी साडी वीडियो यूट्यूब ते देख रहे हो तो इस नू लाइक करो, साडे चैनल नू भी सबसक्राइब करो। We'll be right back.